ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂਆਂ ਵਾਲੇ ਪਰੌਂਠੇ ਬਣਾਵਾਂਗੇ। ਵੈਸੇ ਤਾਂ ਆਪਾਂ ਆਲੂ ਵਾਲੇ ਪਰੌਂਠੇ ਬਣਾਉਂਦੇ ਅਤੇ ਖਾਂਦੇ ਰਹਿੰਦੇ ਹੀ ਹਾਂ, ਪਰ ਅੱਜ ਆਪਾਂ ਇਹਨਾਂ ਪਰੌਂਠਿਆਂ ਨੂੰ ਵੱਖਰੇ ਤਰੀਕੇ ਨਾਲ ਬਣਾਵਾਂਗੇ। ਅੱਜ ਆਪਾਂ ਫੁੱਲ ਸਟੱਫਡ ਪਰੌਂਠੇ ਬਣਾਵਾਂਗੇ। ਤੁਸੀਂ ਦੇਖ ਸਕਦੇ ਹੋ ਸਟੱਫਿੰਗ ਕਿੰਨੇ ਵਧੀਆ ਤਰੀਕੇ ਦੇ ਨਾਲ ਇਸ ਦੇ ਵਿੱਚ ਭਰੀ ਹੋਈ ਹੈ। ਕਈ ਵਾਰ ਆਪਾਂ ਪਰੌਂਠੇ ਬਣਾਉਂਦੇ ਹਾਂ, ਆਪਣੇ ਪਰੌਂਠੇ ਫਟ ਜਾਂਦੇ ਨੇ, ਸਟੱਫਿੰਗ ਬਾਹਰ ਨਿਕਲ ਜਾਂਦੀ ਹੈ ਪਰੌਂਠਿਆਂ ਦੇ ਵਿੱਚੋਂ, ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਆਲੂਆਂ ਵਾਲੇ ਪਰੌਂਠੇ ਬਣਾਵਾਂਗੇ, ਇਸ ਦੇ ਵਿੱਚ ਸਟੱਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ। ਇਹ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ। ਪਰੌਂਠੇ ਤਾਂ ਆਪਾਂ ਨੂੰ ਨਾਸ਼ਤੇ ਦੇ ਵਿੱਚ ਖਾਣਾ ਸਭ ਨੂੰ ਬਹੁਤ ਪਸੰਦ ਹੁੰਦਾ ਹੀ ਹੈ, ਪਰ ਕਈ ਵਾਰ ਆਪਾਂ ਨੂੰ ਇਹ ਵੀ ਹੁੰਦਾ ਹੈ ਕਿ ਆਪਾਂ ਪਰੌਂਠੇ ਜਲਦੀ ਬਣਾ ਕੇ ਤਿਆਰ ਕਰ ਲਈਏ, ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਪਰੌਂਠੇ ਬਣਾਵਾਂਗੇ ਆਪਾਂ ਨੂੰ ਲੱਗੇਗਾ ਹੀ ਨਹੀਂ ਕਿ ਆਪਾਂ ਪਰੌਂਠੇ ਬਣਾ ਰਹੇ ਹਾਂ, ਆਪਾਂ ਇਹਨਾਂ ਨੂੰ ਇੰਨਾ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ। ਚਲੋ ਜੀ ਆਪਾਂ ਵੇਖ ਲੈਂਦੇ ਹਾਂ ਇਹ ਪਰੌਂਠੇ ਕਿਵੇਂ ਬਣਦੇ ਨੇ। ਇਹ ਪਰੌਂਠੇ ਬਣਾਉਣ ਦੇ ਲਈ ਇੱਥੇ ਮੈਂ ਕੁਛ ਸਬਜ਼ੀਆਂ ਲਈਆਂ ਨੇ ਅਤੇ ਉਬਲਿਆ ਹੋਇਆ ਆਲੂ ਲਿਆ ਹੈ। ਇੱਕ ਉਬਲਿਆ ਹੋਇਆ ਆਲੂ ਲਵਾਂਗੇ, ਥੋੜ੍ਹੀ ਜਿਹੀ ਪਾਲਕ ਦੇ ਪੱਤੇ ਲਵਾਂਗੇ, ਪਾਲਕ ਦੇ ਪੱਤਿਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ। ਇੱਕ ਪਿਆਜ਼ ਲਵਾਂਗੇ, ਪਿਆਜ਼ ਨੂੰ ਅਤੇ ਟਮਾਟਰ ਨੂੰ ਇਹ ਸਭ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ। ਇੱਕ ਹਰੀ ਮਿਰਚ ਲਵਾਂਗੇ, ਇੱਕ ਟਮਾਟਰ ਲਵਾਂਗੇ। ਹੁਣ ਆਪਾਂ ਇਹ ਸਾਰੀਆਂ ਸਬਜ਼ੀਆਂ ਨੂੰ ਕੱਟ ਲਵਾਂਗੇ। ਉਸ ਤੋਂ ਪਹਿਲਾਂ ਆਪਾਂ ਉਬਲੇ ਹੋਏ ਆਲੂ ਨੂੰ ਛਿੱਲ ਲਵਾਂਗੇ। ਆਪਾਂ ਜਿੰਨੇ ਕੁ ਪਰੌਂਠੇ ਬਣਾਉਣੇ ਹੋਣਗੇ ਉਨੇ ਕੁ ਉਬਲੇ ਹੋਏ ਆਲੂ ਲੈ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਅੱਜ ਆਪਾਂ ਬਹੁਤ ਹੀ ਵਧੀਆ ਨਵੇਂ ਅਤੇ ਵੱਖਰੇ ਤਰੀਕੇ ਦੇ ਨਾਲ ਆਲੂਆਂ ਵਾਲੇ ਪਰੌਂਠੇ ਬਣਾਵਾਂਗੇ। ਹੁਣ ਮੈਂ ਸਾਰੇ ਆਲੂ ਨੂੰ ਛਿੱਲ ਲਿਆ ਹੈ। ਹੁਣ ਆਪਾਂ ਇਹ ਪਾਲਕ ਵਗੈਰਾ ਸਬਜ਼ੀਆਂ ਨੂੰ ਕੱਟ ਲਵਾਂਗੇ। ਪਾਲਕ ਦੇ ਪੱਤਿਆਂ ਨੂੰ ਬਰੀਕ ਬਰੀਕ ਕੱਟ ਲਵਾਂਗੇ। ਇਹਨਾਂ ਦੀਆਂ ਡੰਡੀਆਂ ਨੂੰ ਵੱਖ ਕਰ ਲਵਾਂਗੇ ਪਹਿਲਾਂ, ਫਿਰ ਬਰੀਕ ਬਰੀਕ ਕੱਟ ਲਵਾਂਗੇ ਪਾਲਕ ਨੂੰ। ਅੱਜ ਆਪਾਂ ਪਰੌਂਠਿਆਂ ਦੇ ਵਿੱਚ ਪਾਲਕ ਵੀ ਪਾਵਾਂਗੇ, ਇਸਦੇ ਨਾਲ ਬਹੁਤ ਵਧੀਆ ਟੇਸਟੀ ਪਰੌਂਠੇ ਬਣਦੇ ਨੇ। ਧਨੀਆ ਪਾ ਕੇ ਤਾਂ ਆਪਾਂ ਪਰੌਂਠੇ ਬਣਾਉਂਦੇ ਹੀ ਹਾਂ, ਅੱਜ ਆਪਾਂ ਪਾਲਕ ਪਾ ਕੇ ਬਣਾਵਾਂਗੇ ਅਤੇ ਟੇਸਟ ਵੱਖਰਾ ਵੀ ਹੋ ਜਾਏਗਾ। ਅੱਜ ਆਪਾਂ ਪਰੌਂਠਿਆਂ ਨੂੰ ਇੰਨੇ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ, ਜਿਸ ਨੇ ਨਹੀਂ ਪਰੌਂਠੇ ਬਣਾਏ ਹੋਣਗੇ ਉਹ ਵੀ ਇਹ ਪਰੌਂਠਿਆਂ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲਏਗਾ। ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਹੁਣ ਆਪਾਂ ਪਾਲਕ ਦੇ ਪੱਤਿਆਂ ਨੂੰ ਬਰੀਕ ਬਰੀਕ ਕੱਟ ਲਿਆ ਹੈ। ਹਰੀ ਮਿਰਚ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ। ਜਿੰਨਾ ਕੁ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ, ਹਰੀ ਮਿਰਚ ਆਪਾਂ ਉਸ ਹਿਸਾਬ ਨਾਲ ਹੀ ਇਸ ਦੇ ਵਿੱਚ ਐਡ ਕਰਾਂਗੇ।
ਅੱਜ ਆਪਾਂ ਇਹ ਪਰੌਂਠਿਆਂ ਨੂੰ ਫੁੱਲ ਸਟੱਫਿੰਗ ਦੇ ਨਾਲ ਬਣਾ ਕੇ ਤਿਆਰ ਕਰਾਂਗੇ। ਤੁਸੀਂ ਦੇਖੋਗੇ ਪਰੌਂਠੇ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਣਗੇ, ਸਟੱਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ। ਹੁਣ ਆਪਾਂ ਪਿਆਜ਼ ਨੂੰ ਵੀ ਕੱਟ ਲਵਾਂਗੇ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਜਾਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਮਿੱਸੇ ਰੋਟੀ ਜਾਂ ਪਰੌਂਠੇ ਨੂੰ ਸੌਖੇ ਤਰੀਕੇ ਦੇ ਨਾਲ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ, ਤੁਸੀਂ ਉਹ ਰੈਸਪੀ ਵੀ ਦੇਖ ਸਕਦੇ ਹੋ ਜੀ। ਪਿਆਜ਼ ਨੂੰ ਬਰੀਕ ਬਰੀਕ ਕੱਟ ਕਰ ਲਵਾਂਗੇ। ਕੱਟੇ ਹੋਏ ਪਿਆਜ਼ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ। ਇਸ ਤਰੀਕੇ ਨਾਲ ਹੀ ਆਪਾਂ ਪਿਆਜ਼ ਨੂੰ ਬਰੀਕ ਬਰੀਕ ਕੱਟ ਲਵਾਂਗੇ। ਇਹ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਜੀ, ਜੋ ਅੱਜ ਆਪਾਂ ਪਰੌਂਠੇ ਬਣਾਵਾਂਗੇ। ਇਹ ਬਹੁਤ ਈਜ਼ੀ ਰੈਸਪੀ ਹੈ। ਜੇਕਰ ਆਪਾਂ ਇਹ ਪਰੌਂਠਿਆਂ ਦੇ ਵਿੱਚ ਅਦਰਕ ਪਾਉਣੀ ਹੋਏਗੀ ਤਾਂ ਆਪਾਂ ਅਦਰਕ ਵੀ ਪਾ ਸਕਦੇ ਹਾਂ। ਹੁਣ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਪਿਆਜ਼ ਨੂੰ ਕੱਟ ਲਵਾਂਗੇ। ਪਿਆਜ਼ ਨੂੰ ਕੱਟਣ ਤੋਂ ਬਾਅਦ ਆਪਾਂ ਟਮਾਟਰ ਨੂੰ ਵੀ ਕੱਟ ਲਵਾਂਗੇ। ਇਸ ਵਿੱਚ ਆਪਾਂ ਥੋੜ੍ਹਾ ਜਿਹਾ ਟਮਾਟਰ ਹੀ ਯੂਜ਼ ਕਰਾਂਗੇ। ਅੱਜ ਆਪਾਂ ਫੁੱਲ ਸਟੱਫਿੰਗ ਦੇ ਨਾਲ ਪਰੌਂਠੇ ਬਣਾਵਾਂਗੇ। ਤੁਸੀਂ ਦੇਖੋਗੇ ਸਟੱਫਿੰਗ ਪਰੌਂਠੇ ਦੇ ਵਿੱਚੋਂ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ। ਅੱਜ ਆਪਾਂ ਪਰੌਂਠੇ ਨੂੰ ਨਵੇਂ ਤਰੀਕੇ ਨਾਲ ਬਣਾਉਣ ਦੀ ਰੈਸਪੀ ਸ਼ੇਅਰ ਕਰਾਂਗੇ। ਇਸ ਤਰੀਕੇ ਦੇ ਨਾਲ ਜੇਕਰ ਆਪਾਂ ਪਰੌਂਠੇ ਬਣਾਵਾਂਗੇ ਤਾਂ ਪਰੌਂਠੇ ਦੇ ਵਿੱਚੋਂ ਸਟੱਫਿੰਗ ਕਦੇ ਵੀ ਬਾਹਰ ਨਹੀਂ ਨਿਕਲੇਗੀ। ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ। ਟਮਾਟਰ ਨੂੰ ਬਰੀਕ ਬਰੀਕ ਕੱਟ ਲਵਾਂਗੇ। ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਬਰੀਕ ਬਰੀਕ ਕੱਟ ਲਿਆ ਹੈ। ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਪਹਿਲਾਂ ਧੋ ਲਵਾਂਗੇ, ਧੋ ਸੁਕਾ ਕੇ ਫਿਰ ਹੀ ਇਸਨੂੰ ਕੱਟਾਂਗੇ। ਉਬਲੇ ਹੋਏ ਆਲੂ ਨੂੰ ਮੈਸ਼ ਕਰ ਲਵਾਂਗੇ। ਮੈਂ ਇੱਥੇ ਇੱਕ ਆਲੂ ਲਿਆ ਹੈ, ਆਪਾਂ ਜਿੰਨੇ ਕੁ ਪਰੌਂਠੇ ਬਣਾਉਣੇ ਹੋਣਗੇ ਉਨੇ ਕੁ ਆਲੂ ਲੈ ਲਵਾਂਗੇ। ਪਰੌਂਠੇ ਖਾਣਾ ਆਪਾਂ ਨੂੰ ਸਭ ਨੂੰ ਬਹੁਤ ਪਸੰਦ ਹੁੰਦਾ ਹੈ। ਜੇਕਰ ਆਪਾਂ ਪਰੌਂਠਿਆਂ ਨੂੰ ਨਵੇਂ ਅਤੇ ਸੌਖੇ ਤਰੀਕੇ ਨਾਲ ਬਣਾ ਲਵਾਂਗੇ ਤਾਂ ਇਸ ਦੇ ਨਾਲ ਆਪਣਾ ਟਾਈਮ ਵੀ ਬਚੇਗਾ ਅਤੇ ਪਰੌਂਠੇ ਵਧੀਆ ਟੇਸਟੀ ਵੀ ਬਣਨਗੇ।
ਆਪਾਂ ਆਲੂ ਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹਾਂ ਜਾਂ ਕੱਦੂਕਸ ਵੀ ਕਰ ਸਕਦੇ ਹਾਂ। ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਆਲੂ ਦੇ ਮੋਟੇ ਮੋਟੇ ਟੁਕੜੇ ਨਾ ਰਹਿਣ। ਆਲੂਆਂ ਨੂੰ ਮੈਸ਼ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਪਾਵਾਂਗੇ। ਥੋੜ੍ਹੀਆਂ ਥੋੜ੍ਹੀਆਂ ਕਰਕੇ ਵਾਰੀ ਵਾਰੀ ਕਰਕੇ ਸਾਰੀਆਂ ਸਬਜ਼ੀਆਂ ਐਡ ਕਰਾਂਗੇ। ਅੱਜ ਆਪਾਂ ਬਿਲਕੁਲ ਨਵੇਂ ਅਤੇ ਵੱਖਰੇ ਤਰੀਕੇ ਦੇ ਨਾਲ ਪਰੌਂਠੇ ਬਣਾਵਾਂਗੇ। ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਪਰੌਂਠੇ ਬਣਾਓਗੇ ਤਾਂ ਪਰੌਂਠੇ ਕਦੇ ਵੀ ਫਟਣਗੇ ਨਹੀਂ, ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਫੁੱਲ ਸਟਫਿੰਗ ਦੇ ਨਾਲ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ। ਇਹ ਪਰੌਂਠੇ ਇੰਨੇ ਜ਼ਿਆਦਾ ਸੌਖੇ ਨੇ ਬਣਾਉਣੇ, ਜਿਸ ਨੂੰ ਨਹੀਂ ਵੀ ਬਣਾਉਣੇ ਆਉਂਦੇ ਜੇਕਰ ਉਹ ਵੀ ਇਹ ਪਰੌਂਠੇ ਨੂੰ ਬਣਾਏਗਾ ਤਾਂ ਵਧੀਆ ਬਣਾ ਕੇ ਤਿਆਰ ਕਰ ਲਏਗਾ। ਆਲੂਆਂ ਦੇ ਵਿੱਚ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਦੀ ਸਟਫਿੰਗ ਬਣਾ ਕੇ ਤਿਆਰ ਕਰ ਲਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਅਵਲ ਕਰ ਦਿਓ ਜੀ। ਰੈੱਡ ਚਿਲੀ ਪਾਊਡਰ ਐਡ ਕਰਾਂਗੇ, ਨਮਕ ਐਡ ਕਰਾਂਗੇ, ਨਮਕ ਸਵਾਦ ਅਨੁਸਾਰ ਪਾਵਾਂਗੇ, ਗਰਮ ਮਸਾਲਾ ਪਾਵਾਂਗੇ, ਧਨੀਆ ਪਾਊਡਰ ਪਾਵਾਂਗੇ। ਇੱਕ ਹੋਰ ਗਰਮ ਮਸਾਲਾ ਪਾਵਾਂਗੇ, ਬਲੈਕ ਪੇਪਰ ਪਾਵਾਂਗੇ। ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਅੱਜ ਆਪਾਂ ਬਹੁਤ ਹੀ ਟੇਸਟੀ ਜਿਹੇ ਪਰੌਂਠੇ ਬਣਾਵਾਂਗੇ।
ਸੁਬਹਾ ਸੁਬਹਾ ਆਪਾਂ ਨੂੰ ਬਹੁਤ ਜਲਦੀ ਹੁੰਦੀ ਹੈ ਜਦੋਂ ਆਪਾਂ ਬੱਚਿਆਂ ਨੂੰ ਟਿਫਿਨ ਦੇਣਾ ਹੋਏਗਾ ਅਤੇ ਆਪਾਂ ਇਹ ਟੇਸਟੀ ਜਿਹੇ ਪਰੌਂਠੇ ਬਣਾ ਕੇ ਦੇ ਸਕਦੇ ਹਾਂ। ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ। ਹੁਣ ਸਟਫਿੰਗ ਬਣ ਕੇ ਤਿਆਰ ਹੈ, ਪਰ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਜੀਰਾ ਪਾਵਾਂਗੇ, ਭੁਨਿਆ ਹੋਇਆ ਜੀਰਾ ਪਾਵਾਂਗੇ। ਜੀਰੇ ਨੂੰ ਆਲੂਆਂ ਦੀ ਸਟਫਿੰਗ ਦੇ ਵਿੱਚ ਮਿਕਸ ਕਰ ਲਵਾਂਗੇ। ਇਹ ਟੇਸਟੀ ਜਿਹੇ ਪਰੌਂਠੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ। ਹੁਣ ਸਟਫਿੰਗ ਬਣ ਕੇ ਤਿਆਰ ਹੈ। ਹੁਣ ਆਪਾਂ ਪਰੌਂਠਿਆਂ ਦੇ ਲਈ ਆਟਾ ਗੁੰਨ ਲਵਾਂਗੇ। ਉਸਦੇ ਲਈ ਕੋਲੀ ਕਣਕ ਦਾ ਆਟਾ ਲਵਾਂਗੇ। ਇੱਥੇ ਮੈਂ ਇੱਕ ਕੋਲੀ ਕਣਕ ਦਾ ਆਟਾ ਲਿਆ ਹੈ। ਇਸਦੇ ਵਿੱਚ ਘਿਓ ਪਾਵਾਂਗੇ। ਇੱਥੇ ਆਪਾਂ ਇਸਦੇ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਐਡ ਕੀਤਾ ਹੈ। ਘਿਓ ਪਾ ਕੇ ਆਟੇ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਘਿਓ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਟਾ ਗੁੰਨ ਲਵਾਂਗੇ। ਪਾਣੀ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਐਡ ਕਰਾਂਗੇ ਤਾਂ ਕਿ ਆਟਾ ਜ਼ਿਆਦਾ ਢਿੱਲਾ ਨਾ ਹੋਵੇ। ਇਸਦਾ ਇੱਕ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ। ਬਹੁਤ ਘੱਟ ਸਮੇਂ ਦੇ ਵਿੱਚ ਇਹ ਟੇਸਟੀ ਜਿਹੇ ਪਰੌਂਠੇ ਬਣ ਕੇ ਤਿਆਰ ਹੋ ਜਾਂਦੇ ਨੇ। ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਰੌਂਠੇ ਬਣਾ ਕੇ ਦੇਖਿਓ ਜੀ। ਇਹ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਸਦਾ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ। ਕਈ ਵਾਰ ਆਪਾਂ ਨੂੰ ਜਲਦੀ ਹੁੰਦੀ ਹੈ ਅਤੇ ਆਪਾਂ ਆਲੂਆਂ ਵਾਲੇ ਪਰੌਂਠੇ ਬਣਾਉਣੇ ਹੁੰਦੇ ਨੇ। ਇਸ ਤਰੀਕੇ ਦੇ ਨਾਲ ਆਲੂਆਂ ਵਾਲੇ ਪਰੌਂਠੇ ਜਲਦੀ ਤਾਂ ਬਣਨਗੇ ਹੀ ਅਤੇ ਟੇਸਟੀ ਵੀ ਬਣਨਗੇ, ਫੁੱਲ ਸਟਫਿੰਗ ਦੇ ਨਾਲ ਬਣਨਗੇ। ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਹੁਣ ਆਟਾ ਗੁੰਨ ਕੇ ਤਿਆਰ ਕਰ ਲਿਆ ਹੈ। ਥੋੜ੍ਹਾ ਜਿਹਾ ਪਾਣੀ ਲਗਾ ਕੇ ਆਟੇ ਨੂੰ ਢੱਕ ਕੇ ਰੱਖ ਦੇਵਾਂਗੇ। ਆਪਾਂ ਇਸ ਦੀ ਜਗ੍ਹਾ ਘਿਓ ਵੀ ਲਗਾ ਸਕਦੇ ਹਾਂ, ਇਸ ਦੇ ਨਾਲ ਆਟਾ ਸੁੱਕੇਗਾ ਨਹੀਂ। 10 ਮਿੰਟ ਲਈ ਰੈਸਟ ਦੇਣ ਤੋਂ ਬਾਅਦ ਹੁਣ ਆਪਾਂ ਆਟੇ ਨੂੰ ਦੁਬਾਰਾ ਤੋਂ ਵੇਖ ਲੈਂਦੇ ਹਾਂ। ਹੁਣ ਆਪਾਂ ਆਟੇ ਨੂੰ ਦੁਬਾਰਾ ਤੋਂ ਚੰਗੀ ਤਰ੍ਹਾਂ ਗੁੰਨ ਲਵਾਂਗੇ, ਇਸ ਦੇ ਨਾਲ ਆਟਾ ਸੌਫਟ ਹੋ ਜਾਏਗਾ।
ਹੁਣ ਆਪਾਂ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਹੈ। ਹੁਣ ਆਪਾਂ ਪਰੌਂਠਾ ਬਣਾਵਾਂਗੇ। ਥੋੜ੍ਹਾ ਜਿਹਾ ਪੇੜਾ ਤੋੜ ਲਵਾਂਗੇ, ਜਿਹੜੇ ਕਿ ਸਾਈਜ਼ ਦਾ ਆਪਾਂ ਪਰੌਂਠਾ ਬਣਾਉਣਾ ਹੋਏਗਾ ਉਹਨਾਂ ਕੁ ਪੇੜਾ ਤੋੜ ਲਵਾਂਗੇ। ਸੁੱਕਾ ਆਟਾ ਲਗਾ ਲਵਾਂਗੇ, ਰੋਟੀ ਨੂੰ ਇੱਕ ਸਾਰ ਵੇਲ ਲਵਾਂਗੇ। ਪਰੌਂਠੇ ਲਈ ਰੋਟੀ ਨੂੰ ਇੱਕ ਸਾਰ ਪਤਲਾ ਪਤਲਾ ਵੇਲ ਲਵਾਂਗੇ। ਇਸ ਉੱਪਰ ਥੋੜ੍ਹਾ ਜਿਹਾ ਘਿਓ ਲਗਾਵਾਂਗੇ, ਘਿਓ ਨੂੰ ਚੰਗੀ ਤਰ੍ਹਾਂ ਰੋਟੀ ਦੇ ਉੱਪਰ ਲਗਾ ਲਵਾਂਗੇ। ਸਾਰੀ ਰੋਟੀ ਉੱਪਰ ਘਿਓ ਲਗਾਉਣ ਤੋਂ ਬਾਅਦ ਇਸ ਦੇ ਉੱਪਰ ਆਪਾਂ ਥੋੜ੍ਹਾ ਜਿਹਾ ਸੁੱਕਾ ਆਟਾ ਪਾਵਾਂਗੇ। ਹੁਣ ਆਪਾਂ ਇਸ ਤਰੀਕੇ ਦੇ ਨਾਲ ਰੋਟੀ ਨੂੰ ਫੋਲਡ ਕਰ ਲਵਾਂਗੇ। ਰੋਟੀ ਨੂੰ ਫੋਲਡ ਕਰਕੇ ਇਸ ਉੱਪਰ ਵੀ ਆਪਾਂ ਘਿਓ ਲਗਾਵਾਂਗੇ। ਰੋਟੀ ਉੱਪਰ ਘਿਓ ਲਗਾਉਣ ਤੋਂ ਬਾਅਦ ਆਪਾਂ ਇਸ ਉੱਪਰ ਸੁੱਕਾ ਆਟਾ ਪਾਵਾਂਗੇ ਅਤੇ ਇਸ ਤਰੀਕੇ ਨਾਲ ਰੋਟੀ ਨੂੰ ਦੁਬਾਰਾ ਫੋਲਡ ਕਰ ਲਵਾਂਗੇ। ਸੁੱਕਾ ਆਟਾ ਲਗਾ ਲਵਾਂਗੇ ਅਤੇ ਪਰੌਂਠੇ ਨੂੰ ਵੇਲ ਲਵਾਂਗੇ। ਮੈਂ ਇੱਥੇ ਟ੍ਰਾਇੰਗਲ ਸ਼ੇਪ ਵਿੱਚ ਬਣਾਇਆ ਹੈ, ਆਪਾਂ ਇਸ ਨੂੰ ਕੋਈ ਵੀ ਸ਼ੇਪ ਵਿੱਚ ਬਣਾ ਸਕਦੇ ਹਾਂ। ਪਰੌਂਠੇ ਨੂੰ ਇੱਕ ਸਾਰ ਵੇਲ ਲਵਾਂਗੇ। ਤੁਸੀਂ ਦੇਖੋਗੇ ਆਪਾਂ ਜਿਸ ਤਰੀਕੇ ਦੇ ਨਾਲ ਪਰੌਂਠੇ ਬਣਾਵਾਂਗੇ ਬਿਲਕੁਲ ਸਟਫਿੰਗ ਬਾਹਰ ਨਹੀਂ ਨਿਕਲੇਗੀ। ਹੁਣ ਮੈਂ ਪਰੌਂਠੇ ਨੂੰ ਵੇਲ ਲਿਆ ਹੈ, ਹੁਣ ਆਪਾਂ ਪਰੌਂਠੇ ਨੂੰ ਤਵੇ ਉੱਪਰ ਪਕਾ ਲਵਾਂਗੇ। ਸਾਈਡ ਚੇਂਜ ਕਰਕੇ ਪਕਾ ਲਵਾਂਗੇ ਪਰੌਂਠੇ ਨੂੰ। ਪਰੌਂਠੇ ਨੂੰ ਆਪਾਂ ਪੂਰਾ ਨਹੀਂ ਪਕਾਵਾਂਗੇ, ਇਸ ਨੂੰ ਥੋੜ੍ਹਾ ਕੱਚਾ ਹੀ ਰੱਖਾਂਗੇ। ਸਾਈਡ ਚੇਂਜ ਕਰਦੇ ਸਮੇਂ ਮੇਰੇ ਤੋਂ ਥੋੜ੍ਹਾ ਜਿਹਾ ਪਰੌਂਠਾ ਫਟ ਗਿਆ ਸੀ, ਪਰ ਆਪਾਂ ਇਸਦੀ ਜਗ੍ਹਾ ਨਵਾਂ ਪਰੌਂਠਾ ਨਹੀਂ ਬਣਾਵਾਂਗੇ, ਇਸਦੇ ਪਰੌਂਠੇ ਨੂੰ ਹੀ ਬਣਾ ਕੇ ਦਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਹ ਪਰੌਂਠਾ ਫਟ ਵੀ ਚੁੱਕਿਆ ਹੈ ਅਤੇ ਇਸਦੇ ਵਿੱਚ ਸਟਫਿੰਗ ਵਧੀਆ ਭਰ ਕੇ ਤਿਆਰ ਹੋਏਗੀ, ਬਿਲਕੁਲ ਬਾਹਰ ਨਹੀਂ ਨਿਕਲੇਗੀ। ਹੁਣ ਆਪਾਂ ਪਰੌਂਠੇ ਨੂੰ ਚਕਲੇ ਉੱਪਰ ਰੱਖ ਲਵਾਂਗੇ। ਤੁਸੀਂ ਦੇਖ ਸਕਦੇ ਹੋ ਇਸ ਦੀਆਂ ਦੋ ਤਿੰਨ ਲੇਅਰ ਬਣ ਚੁੱਕੀਆਂ ਨੇ। ਤੁਸੀਂ ਦੇਖ ਸਕਦੇ ਹੋ ਜੀ ਇਹ ਸਾਈਡ ਚੇਂਜ ਕਰਦੇ ਸਮੇਂ ਥੋੜ੍ਹਾ ਜਿਹਾ ਪਰੌਂਠਾ ਫਟ ਚੁੱਕਿਆ ਸੀ, ਪਰ ਆਪਾਂ ਇਸ ਦੇ ਵਿੱਚ ਵਧੀਆ ਸਟਫਿੰਗ ਭਰ ਕੇ ਦਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਹ ਸਟਫਿੰਗ ਬਿਲਕੁਲ ਬਾਹਰ ਨਹੀਂ ਨਿਕਲੇਗੀ ਜਦਕਿ ਇਹ ਪਰੌਂਠਾ ਫਟ ਵੀ ਚੁੱਕਿਆ ਹੈ। ਵੈਸੇ ਘਰ ਦੇ ਵਿੱਚ ਮੈਂ ਇਸਦੀ ਸਾਈਡ ਤੋਂ ਹੀ ਸਟਫਿੰਗ ਐਡ ਕਰਦੀ ਹੁੰਦੀ ਹਾਂ, ਪਰ ਅੱਜ ਆਪਾਂ ਇਸ ਦੇ ਵਿੱਚ ਦੋਵਾਂ ਸਾਈਡ ਤੋਂ ਸਟਫਿੰਗ ਐਡ ਕਰਾਂਗੇ ਤਾਂ ਕਿ ਤੁਹਾਨੂੰ ਦਿਖ ਸਕੇ। ਇਸ ਤਰੀਕੇ ਦੇ ਨਾਲ ਆਪਾਂ ਇਸ ਦੇ ਵਿੱਚ ਸਟਫਿੰਗ ਐਡ ਕਰ ਦੇਵਾਂਗੇ। ਤੁਸੀਂ ਦੇਖੋਗੇ ਅਖੀਰ ਦੇ ਵਿੱਚ ਪਰੌਂਠ ਦੇ ਵਿੱਚੋਂ ਬਿਲਕੁਲ ਵੀ ਸਟਫਿੰਗ ਬਾਹਰ ਨਹੀਂ ਨਿਕਲੇਗੀ। ਆਪਾਂ ਇਸ ਸਾਈਡ ਤੋਂ ਵੀ ਸਟਫਿੰਗ ਐਡ ਕਰ ਸਕਦੇ ਹਾਂ ਪਰੌਂਠੇ ਦੇ ਵਿੱਚ। ਦੂਸਰੇ ਤਰੀਕੇ ਦੇ ਵਿੱਚ ਆਪਾਂ ਪਰੌਂਠੇ ਦੀ ਦੂਸਰੀ ਸਾਈਡ ਤੋਂ ਐਡ ਕਰਾਂਗੇ ਸਟਫਿੰਗ। ਪਹਿਲਾਂ ਆਪਾਂ ਇਸ ਸਾਈਡ ਤੋਂ ਸਟਫਿੰਗ ਐਡ ਕੀਤੀ ਸੀ, ਦੂਸਰੀ ਸਾਈਡ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਪਰੌਂਠੇ ਦੇ ਵਿੱਚ ਸਟਫਿੰਗ ਐਡ ਕਰ ਸਕਦੇ ਹਾਂ। ਪਰੌਂਠੇ ਦੀ ਜਿਸ ਸਾਈਡ ਸਟਫਿੰਗ ਨਹੀਂ ਐਡ ਹੋਏਗੀ ਆਪਾਂ ਇਸ ਤਰੀਕੇ ਦੇ ਨਾਲ ਉਸ ਸਾਈਡ ਵਿੱਚ ਵੀ ਸਟਫਿੰਗ ਐਡ ਕਰ ਦੇਵਾਂਗੇ। ਸਟਫਿੰਗ ਐਡ ਕਰਨ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਸੈੱਟ ਕਰ ਲਵਾਂਗੇ ਪਰੌਂਠੇ ਨੂੰ। ਇਸ ਤਰ੍ਹਾਂ ਸਟਫਿੰਗ ਪਰੌਂਠੇ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਏਗੀ।
ਹੁਣ ਆਪਾਂ ਪਰੌਂਠੇ ਨੂੰ ਤਵੇ ਉੱਪਰ ਪਕਾ ਲਵਾਂਗੇ। ਤੁਸੀਂ ਦੇਖ ਸਕਦੇ ਹੋ ਇਹ ਥੋੜ੍ਹਾ ਜਿਹਾ ਫਟ ਵੀ ਚੁੱਕਿਆ ਹੈ, ਪਰ ਤੁਸੀਂ ਦੇਖੋਗੇ ਵਧੀਆ ਬਣ ਕੇ ਤਿਆਰ ਹੋਏਗਾ। ਵੈਸੇ ਤਾਂ ਇਹ ਫਟ ਵੀ ਚੁੱਕਿਆ ਹੈ, ਪਰ ਆਪਾਂ ਇਸ ਦੀ ਜਗ੍ਹਾ ਨਵਾਂ ਪਰੌਂਠਾ ਨਹੀਂ ਬਣਾਵਾਂਗੇ ਕਿ ਇਸ ਦੇ ਵਿੱਚੋਂ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੀ ਹੈ। ਹੁਣ ਆਪਾਂ ਪਰੌਂਠੇ ਨੂੰ ਤਵੇ ਉੱਪਰ ਪਕਾ ਲਵਾਂਗੇ। ਸਾਈਡ ਚੇਂਜ ਕਰਕੇ ਪਕਾ ਲਵਾਂਗੇ ਪਰੌਂਠੇ ਨੂੰ। ਪਰੌਂਠੇ ਉੱਪਰ ਘਿਓ ਲਗਾਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਔਲ ਕਰ ਦਿਓ। ਸਾਈਡ ਚੇਂਜ ਕਰਕੇ ਪਰੌਂਠੇ ਨੂੰ ਪਕਾ ਲਵਾਂਗੇ ਅਤੇ ਦੂਸਰੀ ਸਾਈਡ ਵੀ ਘਿਓ ਲਗਾ ਲਵਾਂਗੇ ਪਰੌਂਠੇ ਉੱਪਰ। ਇਹ ਬਹੁਤ ਈਜ਼ੀ ਰੈਸਪੀ ਹੈ, ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ। ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਇਹ ਟੇਸਟੀ ਜਿਹੇ ਪਰੌਂਠਿਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ। ਆਪਾਂ ਪਰੌਂਠੇ ਨੂੰ ਕ੍ਰਿਸਪੀ ਜਿਹਾ ਹੋਣ ਤੱਕ ਪਕਾਵਾਂਗੇ। ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗਾ। ਦੋਵੇਂ ਸਾਈਡਸ ਤੋਂ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਪਰੌਂਠੇ ਨੂੰ। ਹੁਣ ਪਰੌਂਠਾ ਬਣ ਕੇ ਤਿਆਰ ਹੈ, ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਗਰਮ ਗਰਮ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਦਹੀਂ ਦੇ ਨਾਲ ਸਰਵ ਕਰ ਲਵਾਂਗੇ ਪਰੌਂਠੇ ਨੂੰ। ਠੰਡੇ ਠੰਡੇ ਦਹੀਂ ਦੇ ਨਾਲ ਗਰਮ ਗਰਮ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ। ਟੇਸਟੀ ਪਰੌਂਠੇ ਬਣ ਕੇ ਤਿਆਰ ਨੇ, ਤੁਸੀਂ ਦੇਖ ਸਕਦੇ ਹੋ ਜੀ ਇਹ ਪਰੌਂਠਾ ਕਿੰਨਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ। ਆਪਾਂ ਇਸ ਦੀ ਇੱਕ ਲੇਅਰ ਦੇ ਵਿੱਚ ਵੀ ਸਟਫਿੰਗ ਭਰ ਸਕਦੇ ਹਾਂ ਅਤੇ ਦੋ ਦੇ ਵਿੱਚ ਵੀ, ਤਿੰਨ ਵਿੱਚ ਵੀ ਭਰ ਸਕਦੇ ਹਾਂ। ਇਸ ਦੀਆਂ ਦੋ ਤਿੰਨ ਲੇਅਰਸ ਬਣ ਜਾਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਇਸ ਦੀਆਂ ਕਈ ਲੇਅਰਸ ਬਣ ਚੁੱਕੀਆਂ ਨੇ ਅਤੇ ਸਟਫਿੰਗ ਵੀ ਇਸ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਐਡ ਹੋਈ ਹੈ। ਫੁੱਲ ਸਟੱਫਡ ਬਣ ਕੇ ਤਿਆਰ ਹੋਏ ਨੇ, ਟੇਸਟੀ ਕ੍ਰਿਸਪੀ ਬਹੁਤ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੋਏ ਨੇ। ਪਰੌਂਠੇ ਨੂੰ ਮੈਂ ਤੁਹਾਡੇ ਸਾਹਮਣੇ ਕਿੰਨੀ ਵਾਰ ਇੱਧਰ ਉੱਧਰ ਕੀਤਾ ਤਾਂ ਵੀ ਉੱਪਰ, ਪਰ ਇਹ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਇਆ ਹੈ, ਬਿਲਕੁਲ ਵੀ ਫਟਿਆ ਨਹੀਂ ਹੈ। ਇਸ ਦੇ ਵਿੱਚ ਕਿੰਨੀ ਵਧੀਆ ਸਟਫਿੰਗ ਭਰੀ ਹੋਈ ਹੈ, ਬਿਲਕੁਲ ਵੀ ਬਾਹਰ ਨਹੀਂ ਨਿਕਲੀ ਹੈ ਸਟਫਿੰਗ, ਅਤੇ ਸਾਰੇ ਪਰੌਂਠੇ ਦੇ ਵਿੱਚ ਸਟਫਿੰਗ ਐਡ ਹੋਈ ਹੈ। ਹੁਣ ਆਪਾਂ ਪਰੌਂਠੇ ਨੂੰ ਠੰਡੇ ਠੰਡੇ ਦਹੀਂ ਦੇ ਨਾਲ ਸਰਵ ਕਰ ਲਵਾਂਗੇ। ਇਹ ਬਹੁਤ ਹੀ ਟੇਸਟੀ ਲੱਗੇਗਾ। ਹੁਣ ਆਪਣੀ ਕ੍ਰਿਸਪੀ ਜਿਹੇ ਪਰੌਂਠੇ ਬਣ ਕੇ ਤਿਆਰ ਨੇ, ਜੋ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ। ਬਹੁਤ ਹੀ ਸਿੰਪਲ ਰੈਸਪੀ ਹੈ। ਸੁਬਹਾ ਸੁਬਹਾ ਆਪਾਂ ਨੂੰ ਕੰਮ ਦੀ ਜਲਦੀ ਹੁੰਦੀ ਹੈ ਤਾਂ ਆਪਾਂ ਇਹ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹਾਂ। ਇਹ ਪਰੌਂਠੇ ਬਹੁਤ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਅਤੇ ਫੁੱਲ ਸਟੱਫਡ ਬਣਦੇ ਨੇ, ਇਸ ਦੇ ਵਿੱਚੋਂ ਸਟੱਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੇਗੀ। ਜਦੋਂ ਸੁਬਹਾ ਸੁਬਹਾ ਇੰਨੇ ਵਧੀਆ ਪਰੌਂਠੇ ਆਪਾਂ ਬਣਾ ਲੈਂਦੇ ਹਾਂ ਘਰ ਦੇ ਵਿੱਚ ਹੀ, ਤਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਪਰੌਂਠੇ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪਏਗੀ। ਇਹਨੂੰ
ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ।